让他闻到了。Namaskar. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ ਵਲੌਗਸ ਵਿਦ ਕੀਰਤ। ਹਾਂਜੀ, ਤੁਸੀਂ ਸੋਚ ਰਹੇ ਹੋਵੋਗੇ ਮੈਂ ਕਿਚਨ 'ਚ ਖੜ੍ਹਿਆ, ਇਹਦੇ ਵਿੱਚ ਇੱਕ ਰੀਜ਼ਨ ਆਈ। ਅੱਜ ਸਾਡੇ ਘਰ ਬਣ ਰਹੀਆਂ ਨੇ ਪਿੰਨੀਆਂ, ਜੋ ਕਿ ਮੇਰੀ ਸਵੀਟ ਸਿਸਟਰ ਸਰਬਜੀਤ ਦੀਦੀ ਬਣਾ ਰਹੇ ਨੇ। ਅਤੇ ਅੱਜ ਤੁਹਾਨੂੰ ਸਾਰੀ ਆਪਾਂ ਪਿੰਨੀਆਂ ਦੀ ਰੈਸਪੀ ਸ਼ੇਅਰ ਕਰਾਂਗੇ, ਅਤੇ ਦੀਦੀ ਮੇਨ ਕਰੈਕਟਰ ਅੱਜ ਦੇ ਵਲੌਗ 'ਚ ਨਿਭਾ ਰਹੇ ਨੇ, ਅਤੇ ਉਹੀ ਤੁਹਾਨੂੰ ਦੱਸਣਗੇ ਕਿ ਸਭ ਤੋਂ ਘੈਂਟ, ਸਭ ਤੋਂ ਸਵਾਦਿਸ਼ਟ ਪਿੰਨੀਆਂ ਕਿਵੇਂ ਬਣਦੀਆਂ ਨੇ। ਹਾਂਜੀ, ਸੋ ਸਾਡੀ ਰਸੋਈ 'ਚ ਅੱਜ ਰੌਣਕਾਂ ਲੱਗੀਆਂ ਹੋਈਆਂ ਨੇ ਪੂਰੀਆਂ। ਇਹ ਅੱਜ ਮੇਰੀ ਬੂਆ ਜੀ, ਅਤੇ ਉੱਧਰ ਮੇਰੀ ਸਵੀਟ ਸਿਸਟਰ ਸਰਬਜੀਤ ਦੀਦੀ, ਅਤੇ ਬਣ ਰਹੀਆਂ ਨੇ ਅੱਜ ਸਾਡੇ ਪਿੰਨੀਆਂ। ਹਾਂਜੀ ਦੀਦੀ, ਤੁਸੀਂ ਕਿੱਥੋਂ ਸ਼ੁਰੂ ਕਰ ਰਹੇ ਹੋ ਸਾਨੂੰ ਪਹਿਲਾਂ ਇਹ ਦੱਸ ਦਿਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅਸੀਂ ਅੱਜ ਦੁੱਧ ਲੈ ਕੇ ਥੋੜ੍ਹਾ, ਅਤੇ ਉਹਦਾ ਅਸੀਂ ਖੋਆ ਬਣਾ ਰਹੇ ਹਾਂ, ਠੀਕ ਹੈ ਜੀ। ਅਤੇ ਇਸ ਤੋਂ ਅਗਲਾ ਸਟੈਪ ਆਪਣਾ ਹੋਏਗਾ ਕਿ ਆਪਾਂ ਹੁਣ ਇਹਨਾਂ ਨੂੰ ਰੈਡੀ ਕਰਾਂਗੇ, ਪਿੰਨੀਆਂ ਬਣਾ ਕੇ ਤੁਹਾਨੂੰ ਦਿਖਾਵਾਂਗੇ। ਬਾਕੀ ਤੁਸੀਂ ਨਾਲ ਜੁੜੇ ਰਹੋ, ਖੋਆ ਕਾੜੇ ਜਾ ਰਿਹਾ ਆ, ਤੇ ਟੇਸਟ ਤਾਂ ਮੈਂ ਹੀ ਕਰ ਸਕਦਾ ਕਿਉਂਕਿ ਤੁਸੀਂ ਵੀਡੀਓ 'ਚ ਕਰ ਨਹੀਂ ਸਕਦੇ, ਬਟ ਸਾਡੀ ਕਿਚਨ 'ਚ ਅੱਜ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਤੇ ਬੂਆ ਸਾਡੀ ਦੱਸ ਰਹੀ ਹੈ ਵੀ ਕੋਈ ਘਾਟ ਵਾਧ ਨਾ ਰਹਿ ਜਾਵੇ, ਵੀ ਮੁੰਡੇ ਨੂੰ ਪਿੰਨੀਆਂ ਬਣਾਉਣੀਆਂ ਨੇ, ਤਾਂ ਕਰਕੇ ਨਾਲ ਸਾਡੀਆਂ ਬਾਹਰੋਂ ਆਇਆ। ਹਾਂਜੀ, ਦੂਜਾ ਰੀਜ਼ਨ ਹੈ ਅੱਜ ਦੀ ਨੇ ਪੂਰੇ ਚਾਵਾਂ ਨਾਲ ਪਿੰਨੀਆਂ ਬਣਾ ਰਹੇ ਨੇ, ਬਿਕੋਜ਼ ਜਿਹੜਾ ਸਭ ਤੋਂ ਪਹਿਲਾਂ ਵਲੌਗ ਸੀਗਾ ਸਰਪ੍ਰਾਈਜ਼ ਵਿਜ਼ਿਟ ਵਾਲਾ, ਉਹਦੇ ਵਿੱਚ ਦੀਦੀ ਕਹਿੰਦੇ ਵੀ ਤੇਰੇ ਦੋਸਤ ਨੇ ਕਿਹਾ ਸੀਗਾ ਕਿ ਪਿੰਨੀਆਂ ਖਾਣੀਆਂ, ਸੋ ਦੀਦੀ ਨੇ ਕਿਹਾ ਵਲੌਗ ਦੇਖਿਆ ਤੇ ਕਿਹਾ ਪਿੰਨੀਆਂ ਤੇਰੇ ਲਈ ਮੈਂ ਜ਼ਰੂਰ ਬਣਾਉਣੀ ਆ। ਸੋ ਅੱਜ ਪਿੰਨੀਆਂ ਦੀ ਰੈਸਪੀ ਸਾਡੀ ਚੱਲ ਰਹੀ ਆ, ਅਤੇ ਬਸ ਛੇਤੀ ਹੀ ਰੇਡੀ ਹੋ ਜਾਣੀਆਂ ਨੇ। ਖੋਆ ਕਾੜਿਆ ਜਾ ਰਿਹਾ, ਅਤੇ ਤੁਹਾਨੂੰ ਨੈਕਸਟ ਸਟੈਪ ਟਾਈਮ ਟੂ ਟਾਈਮ ਆਪਾਂ ਨਾਲ ਨਾਲ ਦੱਸੀ ਜਾਵਾਂਗੇ। ਦੀਦੀ ਦਾ ਛੋਟਾ ਚੁੰਨੂ ਪੁਨੀਤ, ਤੇ ਦੂਜਾ ਕਿੱਥੇ ਹੈ ਅੰਗਦ, ਕਿੱਥੇ ਘਰ ਜੀ ਘਰ। ਹਾਂਜੀ, ਹੁਣ ਸਾਡਾ ਖੋਆ ਆਲਮੋਸਟ ਕੱਢਣੇ ਵਾਲਾ ਏ, ਕਿਉਂਕਿ ਇਹਦੇ ਦੇਖ ਸਕਦੇ ਹੋ ਤੁਸੀਂ ਕਿਵੇਂ ਬਬਲ ਉੱਡ ਰਹੇ ਨੇ ਇਹਨਾਂ ਦੇ, ਤੇ ਪੂਰਾ ਗਰਮ ਹੋਇਆ ਪਿਆ ਆ ਹੁਣ, ਤੇ ਥੋੜੀ ਦੇਰ ਤੱਕ ਹੀ ਇਹਨੇ ਰੇਡੀ ਹੋ ਜਾਣਾ, ਫਿਰ ਆਪਾਂ ਹੋਰ ਚੀਜ਼ਾਂ ਐਡ ਅਪ ਕਰਾਂਗੇ, ਤੁਹਾਨੂੰ ਨਾਲ ਨਾਲ ਦੱਸਾਂਗੇ ਵੀ ਕੀ ਐਡ ਕਰ ਰਹੇ ਆ। ਦੀਦੀ ਵੱਲੋਂ ਦੇਸੀ ਜੁਗਾੜ ਕਰ ਦਿੱਤਾ ਕਿ ਆਪਣੇ ਹੱਥ ਨੂੰ ਸੇਫ ਰੱਖਣ ਦਾ, ਸਕਿੰਮ ਹੀ ਬਹੁਤ ਆ ਸਾਡੀ ਦੀਦੀ। ਹਾਂਜੀ, ਤੁਸੀਂ ਦੇਖ ਸਕਦੇ ਹੋ ਕਿ ਰੰਗ ਇਹਦਾ ਥੋੜਾ ਥੋੜਾ ਹੁਣ ਡਾਰਕ ਹੋਣਾ ਸ਼ੁਰੂ ਹੋ ਗਿਆ, ਆਲਮੋਸਟ ਪੱਕ ਗਿਆ ਇਹ, ਆਲਮੋਸਟ ਪੱਕ ਗਿਆ। ਤੇ ਹੋਰ ਕਿੰਨਾ ਟਾਈਮ ਲੱਗੂਗਾ ਦੀਦੀ ਇਹਨੂੰ ਬਣਨ? 5 ਤੋਂ 10 ਮਿੰਟ ਤੋਂ ਬਾਅਦ ਅਸੀਂ ਆਪਾਂ ਇਹਨੂੰ ਹੁਣ ਨੀਚੇ ਉਤਾਰ ਦਾਂਗੇ, ਠੀਕ ਹੈ ਜੀ। ਤੇ ਨੈਕਸਟ ਸਟੈਪ ਆਪਣਾ ਜੋ ਆਪਾਂ ਸੂਜੀ ਆਟਾ ਜੋ ਵੀ ਪਾਣਾ। ਹਾਂਜੀ, ਸੋ ਤੁਸੀਂ ਸੂਜੀ ਦੀ ਜਗ੍ਹਾ ਆਟਾ ਵੀ ਯੂਜ਼ ਕਰ ਸਕਦੇ ਹੋ, ਬਟ ਅੱਜ ਅਸੀਂ ਸੂਜੀ ਯੂਜ਼ ਕਰਨੀ ਹੈ ਜੀ। ਬਿਲਕੁਲ, ਸੂਜੀ ਪਾ ਕੇ ਤਾਂ ਜੋ ਵੀ ਆਪਣਾ ਸਮਾਨ ਆ, ਜੋ ਡਰਾਈ ਫਰੂਟ ਵਗੈਰਾ ਹਾਂਜੀ, ਸੋ ਤੁਸੀਂ ਦੇਖ ਸਕਦੇ ਕਿ ਅਸੀਂ ਕੜਾਹੀ ਚੋਂ ਕੱਢ ਕੇ ਖੋਆ ਇਹਦੇ ਚ ਕਨਵਰਟ ਕਰ ਲਿਆ ਸੀਗਾ, ਤੇ 1.5 ਕਿਲੋ ਖੋਆ ਜੀ, ਤੇ 1.5 ਕਿਲੋ ਵਿੱਚ ਆਪਾਂ 1 ਕਿਲੋ ਸੂਜੀ ਪਾਵਾਂਗੇ,
ਤੇ ਇਹਦੇ ਵਿੱਚ ਕਿੰਨਾ ਘੀ ਪਾਵਾਂਗੇ ਦੀਦੀ ਆਪਾਂ? ਲਗਭਗ ਗਲਤੀ ਨਾ ਹੋ ਜਾਵੇ। ਹਾਂਜੀ, ਸੋ ਅਸੀਂ ਘੀ ਚ ਹੁਣ ਪਾ ਰਹੇ ਹਾਂ ਸੂਜੀ, ਕਿਲੋ ਸੂਜੀ। ਹਾਂਜੀ, ਸੋ ਸਾਡੀ ਸੂਜੀ ਰੇਡੀ ਹੈ, ਪੂਰੀ ਦੇਸੀ ਘੀ ਵਿੱਚ ਪੂਰੀ ਇਹ ਹੋ ਚੁੱਕੀ ਹੈ। ਹਾਂਜੀ ਬਿਲਕੁਲ, ਤੇ ਉਹਦੇ ਵਿੱਚ ਹੁਣ ਆਪਾਂ ਪਾਵਾਂਗੇ ਅਲਮੰਡਸ, ਤੇ ਇਹ ਰੈਡੀ ਸਲਾਈਸ ਕੀਤੇ ਹੋਏ ਨੇ, ਪਰ ਤੁਸੀਂ ਆਪਣੇ ਅਕੋਰਡਿੰਗ ਜਿੰਨਾ ਮਰਜ਼ੀ ਡਰਾਈ ਫਰੂਟ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ, ਹੈ ਨਾ ਦੀਦੀ? ਠੀਕ ਹੈ, ਜੇ ਤੁਸੀਂ ਸੌਗੀ ਔਰ ਕਾਜੂ ਔਰ ਸਮਥਿੰਗ ਜੇ ਪਾਣਾ ਕਿਸ਼ਮਿਸ਼ ਵਗੈਰਾ, ਹਾਂਜੀ ਜੋ ਵੀ ਪਾਣਾ ਆਪਾਂ ਪਾ ਸਕਦੇ ਹਾਂ। ਕੋਕੋਨਟ ਵੀ ਪਾਉਂਦੇ ਆ ਕਈ। ਓਕੇ, ਹਾਂਜੀ ਆਪਣੇ ਆਪਣੀ ਚੋਇਸ ਅਕੋਰਡਿੰਗ ਹੁੰਦਾ। ਤੇ ਹੁਣ ਸਾਨੂੰ ਪਤਾ ਲੱਗ ਗਿਆ ਕਿਉਂਕਿ ਇਹ ਥੋੜੀ ਰੈਡਿਸ਼ ਵੀ ਹੋ ਗਈ ਹੈ, ਤੇ ਥੋੜਾ ਪਤਾ ਲੱਗ ਰਿਹਾ ਕਿ ਇਹ ਕੁੱਕ ਹੋ ਚੁੱਕੀ ਹੈ ਸੂਜੀ, ਤੇ ਕਿਹਦੀ ਸਮੈਲ ਵੀ ਇਦਾਂ ਦੀ ਆ ਰਹੀ ਹੈ ਜੋ ਕਿ ਕੁੱਕ ਹੋ ਚੁੱਕੀ ਹੈ। ਤੇ ਇਹਦੇ ਲਈ ਆਪਾਂ ਨੂੰ ਫਲੇਮ ਆ ਜਿਹੜੀ ਥੋੜੀ ਲੋ ਤੇ ਰੱਖਣੀ ਪਏਗੀ। ਹਾਂਜੀ, ਹਾਈ ਫਲੇਮ ਤੇ ਨਹੀਂ ਆਪਾਂ ਇਹ ਬਣਾ ਸਕਦੇ। ਠੀਕ ਹੈ, ਆਪਣਾ ਥੱਲੇ ਲੱਗਣ ਦਾ ਥੋੜਾ ਡਰ ਹੁੰਦਾ ਹੈ। ਤੇ ਹੁਣ ਅਸੀਂ ਇਹਦੇ ਚ ਖੋਆ ਐਡ ਕਰ ਦਾਂਗੇ। ਸੋ ਕਿਲੋ ਸਾਡੀ ਸੂਜੀ ਸੀਗੀ, ਡੇਢ ਕਿਲੋ ਸੀਗਾ ਸਾਡਾ ਖੋਆ, ਤੇ ਡਰਾਈ ਫਰੂਟ ਸੀਗੇ ਥੋੜੇ ਜਿਹੇ, ਲਾਈਕ ਬਦਾਮ ਪਾਏ ਸੀਗੇ, ਜ਼ਿਆਦਾ ਡਰਾਈ ਫਰੂਟ ਅਸੀਂ ਨਹੀਂ, ਮੈਂ ਲਾਈਕ ਕਰਦਾ ਤੋਂ ਨਹੀਂ ਪਾਏ। ਤੇ ਹੁਣ ਇਹਨੂੰ ਆਪਾਂ ਫੇਰ ਕੁੱਕ ਕਰਾਂਗੇ। ਹਾਂਜੀ, ਸੋ ਹੁਣ ਇਹਦੇ ਵਿੱਚ ਆਪਾਂ ਸ਼ੂਗਰ ਐਡ ਕਰਾਂਗੇ, ਅੱਧਾ ਕਿਲੋ ਸ਼ੂਗਰ ਐਡ ਕਰਤੀ ਹੈ ਜੀ ਅਸੀਂ ਆਪਾਂ। ਤੇ ਬਿਲਕੁਲ ਮੈਂ ਲਾਈਕ ਸਮੈਲ ਕਰ ਸਕਦਾ ਕਿ ਪੂਰੀਆਂ ਰੇੜੀ ਨੇ ਸਾਡੀਆਂ ਪਿੰਨੀਆਂ। ਮੈਂ ਅੱਜ ਤੱਕ ਬਚਪਨ ਤੋਂ ਪਿੰਨੀਆਂ ਖਾਂਦਾ ਆ ਰਿਹਾ, ਬਟ ਮੈਨੂੰ ਅੱਜ ਤੱਕ ਇਹ ਨਹੀਂ ਪਤਾ ਸੀਗਾ ਕਿ ਇਹਨਾਂ ਦੀ ਰੈਸਪੀ ਕੀ ਹੁੰਦੀ ਹੈ। ਅੱਜ ਦੀਦੀ ਨੇ ਪਿੰਨੀਆਂ ਬਣਾਈਆਂ ਅਤੇ ਅੱਜ ਇਹਨਾਂ ਦੀ ਪ੍ਰੋਪਰ ਰੈਸਪੀ ਮੈਨੂੰ ਪਤਾ ਲੱਗੀ। ਹਜੇ ਵੀ ਸਾਡੀ ਅਜੇ ਵੀਡੀਓ ਖਤਮ ਨਹੀਂ ਹੋਈ, ਹਜੇ ਮੇਨ ਕੰਮ ਹੈ ਜੀ ਇਹਨਾਂ ਨੂੰ ਵੱਟਣਾ, ਅਤੇ ਉਹ ਅਸੀਂ ਪੂਰੀ ਮਿਹਨਤ ਉਹਦੇ 'ਤੇ ਵੀ ਕਰਨੀ ਆ। ਅਸੀਂ ਨਹੀਂ, ਮੋਸਟਲੀ ਮਿਹਨਤ ਦੀਦੀ ਕਰ ਰਹੇ ਨੇ, ਮੈਂ ਤਾਂ ਸਿਰਫ ਵੀਡੀਓ ਹੀ ਬਣਾ ਰਿਹਾ ਆ। ਇਹਨੂੰ ਕਿੰਨੀ ਦੇਰ ਦੀਦੀ ਆਪਾਂ ਹੁਣ ਆਫ ਕਰਨਾ? ਥੋੜਾ ਹਲਕਾ ਠੰਡਾ ਹੋ ਜਾਵੇ ਫਿਰ ਬਟਨ 'ਚ ਵੀ ਆਸਾਨੀ ਰਹੇਗੀ ਨਾ। ਹਾਂਜੀ, ਕਿਉਂਕਿ ਅਸੀਂ ਗੈਸ ਬੰਦ ਕਰਤੀ ਆ ਆਲਰੇਡੀ, ਤੇ ਹੁਣ ਸਿਰਫ ਇਹਨੂੰ ਅਸੀਂ ਇੱਕ ਤਰ੍ਹਾਂ ਦਾ ਘੋਲ ਆ ਜ਼ਿਆਦਾ ਕਰ ਰਹੇ ਤਾਂ ਕਿ ਮਿਕਸ ਕਰ ਰਹੇ ਹਾਂ, ਤਾਂ ਕਿ ਸ਼ੂਗਰ ਵੀ ਮਿਕਸ ਹੋ ਜਾਵੇ, ਸਾਰੇ ਜਿਹੜੇ ਇਨਗਰੀਡੀਐਂਟਸ ਜਿਹੜੇ ਅਸੀਂ ਪਾਏ ਨੇ ਉਹ ਸਾਰੇ ਮਿਕਸ ਹੋ ਜਾਣ। ਤੇ ਨਾਲ ਸਾਡਾ ਇਹ ਚੁਲਬੁਲ ਬਣਨੇ ਜੋ ਕਿ ਪੂਰੀ ਜੀਪ ਕਿਉਂ ਕੱਢਦਾ ਤੂੰ ਆਲਵੇਸ ਕਿ ਸਬਸਕ੍ਰਾਈਬ ਕਰ ਲਓ ਚੈਨਲ, ਕਹਿੰਦੇ ਸਬਸਕ੍ਰਾਈਬ ਕਰੋ। ਹਾਂਜੀ, ਸੋ ਹੁਣ ਅਸੀਂ ਟਰਾਈ ਕਰਾਂਗੇ ਇਹਦੀ ਐਗਜ਼ੈਕਟ ਸ਼ੂਗਰ ਪਤਾ ਕਰਨ ਲਈ ਕਿ ਕਿਤੇ ਜ਼ਿਆਦਾ ਸ਼ੂਗਰ ਤਾਂ ਨਹੀਂ, ਸੋ ਟਰਾਈ ਕਰਦੇ ਹਾਂ। ਬੜੀਆ ਸਵਾਦ ਨੇ ਦੀਦੀ, ਕਿਉਂਕਿ ਸਾਡੀ ਮਿਹਨਤ ਦਾ ਮੁੱਲ ਪੈ ਗਿਆ, ਬਹੁਤ ਸਵਾਦ ਪਿੰਨੀਆਂ ਬਣੀਆਂ ਨੇ। ਤੇ ਥੈਂਕ ਯੂ ਸੋ ਮਚ ਸਾਡੀ ਦੀਦੀ ਦਾ,
ਤੇ ਤੁਸੀਂ ਵੀ ਕਮੈਂਟਸ 'ਚ ਥੈਂਕ ਯੂ ਕਰਦੇ ਹੋ ਦੀਦੀ ਨੂੰ, ਕਿਉਂਕਿ ਸਾਰੀ ਰੈਸਪੀ ਦੱਸੀ ਹੈ ਅਤੇ ਵਿੱਚ ਸਾਡੇ ਸੁਪਰਵਾਈਜ਼ਰ ਸਾਹਿਬ ਜੋ ਕਿ ਲੁਕਦੇ ਜਾ ਰਹੇ ਨੇ ਅਤੇ ਇਹਨਾਂ ਨੇ ਪੂਰਾ ਪੂਰਾ ਧਿਆਨ ਰੱਖਿਆ ਕਿਤੇ ਕੋਈ ਵੀ ਸਟੈਪ 'ਚ ਮਿਸਟੇਕ ਨਾ ਹੋ ਜੇ। ਸੋ ਥੈਂਕ ਯੂ ਸਾਡੀ ਬੂਆ ਦਾ ਵੀ, ਅਤੇ ਵਧੀਆ ਐਨ ਬਣ ਚੁੱਕੀ ਹੈ ਅਤੇ ਹੁਣ ਸਾਡਾ ਕੰਮ ਹੈ ਜੀ ਵੱਟਣੀਆਂ ਪਿੰਨੀਆਂ, ਅਤੇ ਬਹੁਤ ਹੀ ਟੇਸਟੀ ਬਣੀਆਂ, ਸਭ ਕੁਛ ਐਗਜੈਕਟ, ਸ਼ੂਗਰ ਸਾਰਾ ਕੁਛ ਵਧੀਆ ਸੀਗਾ। ਸੋ ਥੈਂਕ ਯੂ ਸੋ ਮੱਚ ਦੀਦੀ, ਐਨ ਥੈਂਕ ਯੂ ਸੋ ਮੱਚ ਬੂਆ, ਸੋ ਮੱਚ ਤੁਹਾਡਾ ਵੀਡੀਓ ਦੇਖਣ ਲਈ, ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ। ਅਤੇ ਮੇਰੀ ਤਾਂ ਹੁਣ ਡਿਊਟੀ ਲੱਗ ਚੁੱਕੀ ਆ ਪਿੰਨੀਆਂ ਵੱਟਣ ਦੀ, ਅਤੇ ਤੁਸੀਂ ਆਪਣਾ ਇੰਜੋਏ ਕਰੋ, ਟੇਕ ਕੇਅਰ ਐਵਰੀਵਨ, ਅਤੇ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਮਾਈ ਯੂਟਿਊਬ ਚੈਨਲ ਵਲੋਗਸ ਵਿਦ ਕਿਰਤ। ਆਪਾਂ ਅੱਗੇ ਵੀ ਤੁਹਾਡੇ ਲਈ ਨਵੇਂ ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ, ਨਵੇਂ ਵਲੋਗਸ, ਨਵੇਂ ਨੌਲੇਜ ਵਾਲੀਆਂ ਵੀਡੀਓਜ਼, ਅਤੇ ਇੱਦਾਂ ਹੀ ਪਿਆਰ ਬਣਾਈ ਰੱਖਿਓ। ਥੈਂਕ ਯੂ ਸੋ ਮੱਚ।